MLA ਡਾਕਟਰ ਹਰਜੋਤ ਕਮਲ ਨੇ ਭਗਤ ਸਿੰਘ ਕਲੋਨੀ ਦੇ ਮਿਊਂਸੀਪਲ ਪਾਰਕ ਵਿੱਚ ਬੂਟਾ ਲਗਾਇਆ ਅਤੇ ਬੱਚਿਆਂ ਨਾਲ ਝੂਲੇ ਲੈ ਕੇ ਆਨੰਦ ਵੀ ਮਾਣਿਆ। ਇਸ ਮੌਕੇ ਉਹਨਾਂ ਪਾਰਕ ਵਿੱਚ ਆਏ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਛੇਤੀ ਤੋਂ ਛੇਤੀ ਹੱਲ ਕਰਨ ਦਾ ਭਰੋਸਾ ਦਵਾਇਆ। ਅੱਜ ਜਿਹੜਾ ਇੱਥੇ ਮਿਊਂਸੀਪਲ ਕਮੇਟੀ ਦਾ ਵਾਰਡ ਨੰਬਰ 4 ਦਾ ਪਾਰਕ ਹੈ, ਜਿਹਦੇ 'ਚ ਸਾਰੇ ਮਹੱਲਾ ਨਿਵਾਸੀਆਂ ਨੇ ਰਲ ਕੇ ਇੱਕ ਬੂਟਾ ਲਾਇਆ ਔਰ ਇਹ ਪਾਰਕ ਜਿਹੜਾ ਕਦੀ ਇੱਥੇ ਕੂੜਾ ਪਿਆ ਹੁੰਦਾ ਸੀ, ਸੋ ਇਹ ਤੁਹਾਡੀ ਸਾਰਿਆਂ ਦੀ, ਸ਼ਹਿਰ ਵਾਸੀਆਂ ਦੀ, ਮਹੱਲਾ ਵਾਸੀਆਂ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਉਹਨਾਂ ਨੇ ਸਾਰੇ ਕੂੜੇ ਨੂੰ ਸਾਫ਼ ਕਰਕੇ ਅੱਜ ਆ ਬੜਾ ਚੰਗਾ ਲੱਗਿਆ। ਪੀਂਘ ਲੱਗੀ ਵੀ ਆ, ਛੋਟੇ ਛੋਟੇ ਬੱਚੇ ਕਲਕਾਰੀਆਂ ਮਾਰਦੇ ਆ, ਕਦੀ ਇੱਥੇ ਨੱਕ 'ਤੇ ਹੱਥ ਰੱਖ ਕੇ ਲੰਘਦੇ ਹੁੰਦੇ ਸੀ। ਸੋ ਮੈਂ ਚਾਹੁੰਦਾ ਕਿ ਸਰਕਾਰਾਂ ਦੇ ਮੂੰਹ ਵੱਲ ਦੇਖਣ ਨਾਲੋਂ ਜੇ ਲੋਕ ਆਪਣੇ ਆਲਾ ਦੁਆਲਾ ਆਪ ਸਵਾਰਨ ਲੱਗ ਜਾਣ ਤਾਂ ਸਾਰਾ ਮੋਗਾ ਹੀ ਕੀ, ਸਾਰਾ ਪੰਜਾਬ ਹੀ ਨਹੀਂ, ਸਾਰਾ ਹਿੰਦੁਸਤਾਨ ਸਵਰਗ ਬਣ ਜੂਗਾ। ਸੋ ਇਹ ਮੈਂ ਮਹੱਲਾ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ, ਸ਼ਾਬਾਸ਼ ਦਿੰਦਾ ਔਰ ਇੱਥੋਂ ਬਾਕੀਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਵਣ ਮਹਾਂ ਉਤਸਵ ਦਾ ਜਿਹੜਾ ਇਹ ਅਸੀਂ ਦਿਨ ਮਨਾ ਰਹੇ ਹਾਂ ਉਹਦੇ ਕਰਕੇ ਅੱਜ ਇੱਥੇ ਇੱਕ ਬੂਟਾ ਵੀ ਲਾਇਆ ਗਿਆ ਔਰ ਇਹ ਸੰਦੇਸ਼ ਦਿੱਤਾ ਗਿਆ ਕਿ ਆਉਣ ਵਾਲੇ ਭਵਿੱਖ ਦੇ ਬੱਚਿਆਂ ਵਾਸਤੇ ਸਭ ਤੋਂ ਵੱਡੀ ਜੇ ਕੋਈ ਚੀਜ਼ ਹੈਗੀ ਆ, ਕੋਈ ਗਿਫਟ ਹੈਗਾ ਤਾਂ ਉਹ ਬੂਟੇ ਆ। ਜਿਹੜੀ ਆਕਸੀਜਨ ਆ ਉਹ ਮੁੱਲ ਨਹੀਂ ਲਈ ਜਾ ਸਕਦੀ, ਬਾਕੀ ਚੀਜ਼ਾਂ ਮੁੱਲ ਮਿਲਦੀਆਂ। ਸੋ ਮੈਂ ਸਾਰੇ ਮਹੱਲੇ ਵਾਲਿਆਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਮੋਗਾ ਤੋਂ SMR ਨਿਊਜ਼ ਦੇ ਲਈ ਸੰਜੀਵ ਕੁਮਾਰ ਅਰੋੜਾ ਦੀ ਰਿਪੋਰਟ।